ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਜੂਨ 1984 84 ਦੇ ਹੋਏ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬਲੰਦ ਕਰੀਏ ਗੱਜ ਵਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸੱਚ ਤੇ ਪਹਿਰਾ ਦਿੰਦਿਆਂ ਤੇ ਜ਼ੁਲਮ ਦੇ ਖਿਲਾਫ ਸ਼ਹਾਦਤ ਦੇ ਕੇ ਸਾਨੂੰ ਸਿੱਖਾਂ ਨੂੰ ਇੱਕ ਸਪੈਸ਼ਲ ਪੂਰਨੇ ਪਾ ਕੇ ਗਏ ਤੇ ਸਾਨੂੰ ਰਸਤਾ ਦਿਖਾ ਕੇ ਗਏ ਕਿ ਜਦੋਂ ਜ਼ੁਲਮ ਵੱਧ ਜਾਵੇ ਜਦੋਂ ਸਾਡਾ ਜ਼ਾਲਮ ਸਾਡਾ ਕਤਲ ਕਰਨ ਲੱਗ ਪਵੇ ਉਦੋਂ ਅਸੀਂ ਆਪਣੇ ਸਿਰ ਦੀ ਪਰਵਾਹ ਨਹੀਂ ਕਰਨੀ ਜੇ ਕਿਸੇ ਚੀਜ਼ ਦੀ ਪਰਵਾਹ ਕਰਨੀ ਹੈ ਤਾਂ ਉਹ ਆਪਣੇ ਸਿਧਾਂਤ ਦੀ ਪਰਵਾਹ ਕਰਨੀ ਹੈ ਜੇ ਕਿਸੇ ਚੀਜ਼ ਦੀ ਪਰਵਾਹ ਕਰਨੀ ਹੈ ਤਾਂ ਉਹ ਆਪਣੇ ਧਰਮ ਦੀ ਪਰਵਾਹ ਕਰਨੀ ਹੈ ਖਾਲਸਾ ਜੀ ਜਦੋਂ ਜੂਨ ਦਾ ਮਹੀਨਾ ਚੜਦਾ ਹੈ ਪਹਿਲਾ ਹਫਤਾ ਹਫਤਾ ਸ਼ੁਰੂ ਹੁੰਦਾ ਹੈ ਤਾਂ ਸਾਰੇ ਹੀ ਸਿੱਖਾਂ ਦੇ ਦਿਲ ਜਿਹੜੇ ਖੂਨ ਦੇ ਹੰਝੂ ਵਹਾਉਂਦੇ ਨੇ ਜੋ ਕੋਈ ਸਾਡੇ ਨਾਲ ਵਾਪਰਿਆ ਜੋ ਕੋਈ ਸਾਡੇ ਨਾਲ ਹੋਇਆ ਉਸ ਘਟਨਾ ਨੂੰ ਉਸ ਸਾਕੇ ਨੂੰ ਉਸ ਹਮਲੇ ਨੂੰ ਚੇਤੇ ਕਰਨ ਲਈ ਆਪਾਂ ਇੱਥੇ ਇੱਕ ਇਕੱਤਰ ਹੋਏ ਹਾਂ ਪਰ ਇਕੱਤਰ ਹੋਣ ਦਾ ਫਾਇਦਾ ਤਾਂ ਜੇ ਆਪਾਂ ਸਾਰੇ ਇਸ ਚੀਜ਼ ਦੀ ਪਛਾਣ ਕਰੀਏ ਕਿ ਉਸ ਸ਼ਹਾਦਤ ਦਾ ਉਹਨਾਂ ਸ਼ਹੀਦਾਂ ਦੇ ਖੂਨ ਡੋਲਣ ਦਾ ਕਾਰਨ ਕੀ ਸੀ ਸਾਡੇ ਤੇ ਹਮਲਾ ਕਿਉਂ ਹੋਇਆ ਤੇ ਅੱਜ ਦੇ ਹਾਲਾਤ ਉਸ ਹਮਲੇ ਦੇ ਨਾਲੋਂ ਉਹਨਾਂ ਹਾਲਾਤਾਂ ਦੇ ਨਾਲੋਂ ਵੱਖਰੇ ਕਿਵੇਂ ਨੇ ਇਹ ਹਮਲੇ ਅੱਜ ਪਹਿਲੀ ਵਾਰ ਨਹੀਂ ਹੋਏ ਇਹ ਹਮਲੇ ਉਸ ਉਦੋਂ ਤੋਂ ਹੀ ਸ਼ੁਰੂ ਹੋ ਗਏ ਸਨ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੱਚ ਦੇ ਖਿਲਾਫ ਸਰਕਾਰਾਂ ਨੇ ਉਦੋਂ ਤੋਂ ਹੀ ਜ਼ੁਲਮ ਸ਼ੁਰੂ ਕੀਤਾ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਤੇ ਸਮੇਂ-ਸਮੇਂ ਦੇ ਉੱਤੇ ਜਿਸ ਤਰ੍ਹਾਂ ਸਿੱਖਾਂ ਦੇ ਉੱਤੇ ਹਮਲੇ ਹੋਏ ਸੱਚ ਦੇ ਉੱਤੇ ਹਮਲੇ ਹੋਏ ਸਾਡੀਆਂ ਪਾਤਸ਼ਾਹੀਆਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਉਸ ਜ਼ੁਲਮ ਦਾ ਡਟ ਕੇ ਟਾਕਰਾ ਕੀਤਾ ਤੇ ਸਾਨੂੰ ਦੱਸਿਆ ਕਿ ਜ਼ੁਲਮ ਦੇ ਵਿਰੁੱਧ ਖਲੋਣਾ ਕਿਦਾਂ ਹੈ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਸਾਨੂੰ ਇਹ ਦਿਖਾਇਆ ਕਿ ਇਹ ਹਫਾਜ਼ਤ ਇਹ ਸ਼ਹਾਦਤ ਕੇਵਲ ਸਿੱਖ ਆਪਣੇ ਲਈ ਨਹੀਂ ਕਰਦੇ ਇਹ ਜ਼ੁਲਮ ਕਿਸੇ ਵੀ ਕੌਮ ਦੇ ਉੱਤੇ ਹੁੰਦਾ ਹੋਵੇ ਅਸੀਂ ਆਪਣਾ ਬਲਿਦਾਨ ਦੇ ਕੇ ਉਸ ਜ਼ੁਲਮ ਦੇ ਖਿਲਾਫ ਖੜੋਣਾ ਚਾਹੁੰਦੇ ਹਾਂ ਛੋਟੇ-ਛੋਟੇ ਉਮਰ ਦੇ ਵਿੱਚ ਉਹਨਾਂ ਮਹਾਨ ਆਤਮਾਵਾਂ ਸਾਹਿਬਜ਼ਾਦਿਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਤਾਂ ਕਿ ਸਿੱਖੀ ਦੀ ਨੀ ਜਿਹੜੀ ਹੈ ਉਹ ਮਜ਼ਬੂਤ ਹੋ ਸਕੇ ਤੇ ਖਾਲਸਾ ਜੀ ਅੱਜ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਪਹੁੰਚੇ ਹੋਏ ਹਾਂ ਕਿ ਸ਼ਾਇਦ ਅਸੀਂ ਉਹਨਾਂ ਸ਼ਹਾਦਤਾਂ ਨੂੰ ਉਹਨਾਂ ਸ਼ਹੀਦਾਂ ਨੂੰ ਆਪਣੇ ਮਨ ਦੇ ਵਿੱਚੋਂ ਵਸਾਰੀ ਬੈਠੇ ਹਨ ਜੂਨ 1984 ਦਾ ਸ਼ਾਕਾ ਜਦੋਂ ਆਪਾਂ ਉਸ ਦੀ ਗੱਲ ਕਰਦੇ ਹਾਂ ਤੇ ਇਹ ਕੇਵਲ ਤੇ ਕੇਵਲ 78 ਤੋਂ ਸ਼ੁਰੂ ਨਹੀਂ ਹੋਇਆ ਸਿੱਖਾਂ ਨਾਲ ਤੱਕੇ ਹਮੇਸ਼ਾ ਹੀ ਹੁੰਦੇ ਰਹੇ ਨੇ ਤੇ ਇਹਨਾਂ ਸਰਕਾਰਾਂ ਨੇ ਉਸ ਸਮੇਂ ਦੇ ਇਸ ਹਮਲੇ ਦਾ ਮੋੜ ਬੱਜਾ ਜਦੋਂ ਸਰਕਾਰਾਂ ਨੇ ਐਮਰਜੈਂਸੀ ਲਾ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚ ਨਸਬੰਦੀ ਕੀਤੀ ਜਾਵੇ ਸਿੱਖਾਂ ਦੀ ਗਿਣਤੀ ਨੂੰ ਘਟਾਇਆ ਜਾਵੇ। ਐਮਰਜੈਂਸੀ ਲਾਈ ਗਈ ਕਿ ਕੋਈ ਵੀ 4 ਜਾਂ 4 ਤੋਂ ਵੱਧ ਜਿਹੜੇ ਸਿੱਖ ਨੇ ਇਨਸਾਨ ਨੇ ਉਹ ਇਕੱਠੇ ਨਹੀਂ ਹੋ ਸਕਦੇ ਕੋਈ ਮੀਟਿੰਗ ਨਹੀਂ ਕਰ ਸਕਦੇ ਕੋਈ ਸਲਾਹ ਨਹੀਂ ਕਰ ਸਕਦੇ। ਤੇ ਉਸ ਸਮੇਂ ਜੇ ਕਿਸੇ ਨੇ ਇਸ ਤੇ ਪਹਿਰਾ ਦਿੱਤਾ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ ਤੇ ਐਮਰਜੈਂਸੀ ਦੇ ਦੌਰਾਨ ਸੈਂਤੀ ਮਹਾਨ ਨਗਰ ਕੀਰਤਨ ਕੱਢੇ ਤੇ ਸਰਕਾਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਇਹ ਗੱਲ ਆਖੀ ਕਿ ਤੁਸੀਂ ਚਾਰ ਬੰਦੇ ਕਹਿੰਦੇ ਹੋ ਇਕੱਠੇ ਨਹੀਂ ਹੋਣਦੇ ਨੇ ਅਸੀਂ ਲੱਖਾਂ ਹਜ਼ਾਰਾਂ ਬੰਦੇ ਇਕੱਠੇ ਕਰਕੇ ਦਿੱਲੀ ਵੱਲ ਆਵਾਂਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸਤਾਵਦੀ ਮਨਾਉਂਦਿਆਂ ਲੱਖਾਂ ਦੇ ਇਕੱਠ ਵਿੱਚ ਇੰਦਰਾ ਗਾਂਧੀ ਨੇ ਸਿੱਧਾ ਸਟੇਜ ਦੇ ਉੱਤੇ ਇਹ ਗੱਲ ਆਖੀ ਸੀ ਕਿ ਜੇ ਜੇਕਰ ਅੱਜ ਤੇਰੇ ਸਿਰ ਦੇ ਉੱਤੇ ਤਾਜ ਹੈ ਜੇ ਅੱਜ ਤੂੰ ਪ੍ਰਧਾਨ ਮੰਤਰੀ ਹੈ ਤਾਂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਬਦੌਲਤ ਹੈ ਇਹ ਉਹ ਸਮਾਂ ਸੀ ਜਦੋਂ ਇੰਦਰਾ ਗਾਂਧੀ ਨੇ ਤਕਸਾਲ ਦੇ ਨਾਲ ਦਮਦਮੇ ਤਕਸਾਲ ਦੇ ਨਾਲ ਢਿੱਡੀ ਅੱਖ ਨਾਲ ਦੇਖਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜਿਦਾਂ ਆਪਾਂ ਸਾਰੇ ਬਹੁਤ ਹੀ ਵਿਦਵਾਨਾਂ ਨੇ ਸੂਝਵਾਨ ਵੀਰਾਂ ਨੇ ਅਗੋ ਇਤਿਹਾਸ ਦੱਸਿਆ 78 ਦਾ ਸਾਕਾ ਹੋਇਆ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਸਾਡੇ 13 ਸਿੰਘ ਸ਼ਹੀਦ ਕੀਤੇ ਗਏ ਜਿਨ੍ਹਾਂ ਦੇ ਕੋਲੇ ਨਾ ਕੋਈ ਹਥਿਆਰ ਸੀ ਨਾ ਕੋਈ ਡਾਂਗ ਸੀ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਤੇ ਜਦੋਂ ਉਹ ਸ਼ਹੀਦ ਵੀ ਹੋ ਗਏ ਉਹਨਾਂ ਦੇ ਸਰੀਰ ਵੀ ਦੇਣ ਤੋਂ ਇੱਕ ਤਰ੍ਹਾਂ ਨਾਲ ਨਾ ਕਰ ਦਿੱਤੀ ਸੀ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਜੋ ਉਸ ਵੇਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਡਟ ਕੇ ਪਹਿਰਾ ਦੇ ਕੇ ਉਹਨਾਂ ਸ਼ਰੀਰਾਂ ਨੂੰ ਉਥੋਂ ਲਿਆ ਤੇ ਉਹਨਾਂ ਦਾ ਸਸਕਾਰ ਕੀਤਾ ਫਿਰ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਸਿੱਖ ਕੌਮ ਨਾਲ ਧੱਕਾ ਹੋਣਾ ਸ਼ੁਰੂ ਹੋਇਆ ਤੇ ਇਹ ਪੜਾ ਦਾਰ ਪੜਾ ਵਧਦਾ ਜੂਨ 84 ਦੇ ਸਾਕੇ ਵਜੋਂ ਆਪਣੇ ਸਾਹਮਣੇ ਆਇਆ ਪਰ ਖਾਲਸਾ ਜੀ ਆਪਾਂ ਕੰਪੇਅਰ ਕਰਕੇ ਦੇਖੀਏ ਕਿ ਜੋ ਉਸ ਸਮੇ ਸਾਡੇ ਤੇ ਹਮਲੇ ਹੋਏ ਉਹ ਕੀ ਅੱਜ ਹੋ ਰਹੇ ਨੇ ਕਿ ਅੱਜ ਅਸੀਂ ਉਦਾਂ ਹੀ ਚੁੱਪ ਕਰਕੇ ਬੈਠੇ ਆਂ ਅੱਜ ਜੋ ਹਮਲੇ ਹੋ ਰਹੇ ਨੇ ਅੱਜ ਉਸ ਤੋਂ ਵੀ ਖਤਰਨਾਕ ਹਮਲੇ ਨੇ ਜੋ ਅੱਜ ਗੁਰਬਾਣੀ ਦੀਆਂ ਪੰਕਤੀਆਂ ਬਦਲ ਕੇ ਸਾਡੇ ਤੋਂ ਸਾਡੀ ਸ਼ਕਤੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦੁਸ਼ਮਣ ਦੀ ਕੋਸ਼ਿਸ਼ ਹੈ ਕਿ ਇਹਨਾਂ ਤੋਂ ਉਹ ਚੀਜ਼ਾਂ ਖੋਹ ਲਈਆਂ ਜਾਣ ਜਿਨ੍ਹਾਂ ਤੋਂ ਇਹ ਸ਼ਕਤੀ ਪ੍ਰਾਪਤ ਕਰਦੇ ਨੇ ਉਹੋ ਹੀ ਮੰਗਲਾਂ ਦੀ ਸੁਧਾਈ ਜੋ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਸੇਵਾ ਲਾ ਕੇ ਮੰਗਲਾਂ ਦੀ ਸੁਧਾਈ ਕਰਵਾਈ ਸੀ ਅੱਜ ਫੇਰ ਉਹ ਹਮਲਾ ਦੁਬਾਰਾ ਸਾਡੇ ਦੇ ਉੱਤੇ ਸਾਡੇ ਉੱਤੇ ਕੀਤਾ ਜਾ ਰਿਹਾ ਜੇ ਅਸੀਂ ਅੱਜ ਇਨ੍ਹਾਂ ਚੀਜ਼ਾਂ ਤੋਂ ਅਵੇਸਲੇ ਹੋ ਗਏ ਖਾਲਸਾ ਜੀ ਇਹ ਹਮਲੇ ਸਾਡੇ ਤੇ ਜੂਨ 1984 ਤੋਂ ਵੱਧ ਮਹਿੰਗੇ ਸਾਬਤ ਹੋਣਗੇ ਅੱਜ ਸਾਨੂੰ ਲੋੜ ਹੈ ਅਸੀਂ ਨਾਂ ਲੈਨੇ ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਜਰਨਲ ਛਬੇਕ ਸਿੰਘ ਜੀ ਦਾ ਬਾਬਾ ਥਾਰਾ ਸਿੰਘ ਜੀ ਦਾ ਭਾਈ ਫੌਜਾ ਸਿੰਘ ਜੀ ਦਾ ਭਾਈ ਮਹੰਗਾ ਸਿੰਘ ਬੱਬਰ ਜੀ ਦਾ ਪਰ ਅਸੀਂ ਸ਼ਾਇਦ ਕਿਤੇ ਕਿਤੇ ਇਸ ਚੱਲ ਦੀ ਧਿਆਨ ਨਹੀਂ ਦਿੱਤਾ ਜਾਂ ਅਸੀਂ ਇਸ ਚੀਜ਼ ਦੀ ਅਗਨੋਰ ਕਰ ਦਿੱਤਾ ਕਿ ਉਹਨਾਂ ਨੂੰ ਇਹ ਸ਼ਕਤੀ ਇਹ ਤਾਕਤ ਇਹ ਜਜਬਾ ਪ੍ਰਾਪਤ ਕਿੱਥੋਂ ਹੋਇਆ ਜਦੋਂ ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਕਰਦੇ ਹਾਂ ਨਾ ਸੰਤ ਕਹਿਣ ਤੋਂ ਪਹਿਲਾਂ ਉਹਨਾਂ ਨੂੰ ਜਰਨੈਲ ਸਿੰਘ ਅਭਿਆਸੀ ਕਿਹਾ ਜਾਂਦਾ ਸੀ ਤੇ ਅਭਿਆਸੀ ਪਤਾ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਬਾਣੀ ਦਾ ਨਾਮ ਸਿਮਰਨ ਦਾ ਅਭਿਆਸ ਕਰ-ਕਰ ਕੇ ਇੰਨਾ ਜ਼ਿਆਦਾ ਉਹਨਾਂ ਦਾ ਨਾਂ ਪ੍ਰਚਲਿਤ ਹੋ ਗਿਆ ਸੀ ਤਾਂ ਕਰਕੇ ਉਹਨਾਂ ਨੂੰ ਜਰਨੈਲ ਸਿੰਘ ਅਭਿਆਸੀ ਕਿਹਾ ਜਾਂਦਾ ਸੀ ਅੱਜ ਅਸੀਂ ਗੱਲਾਂ ਬਹੁਤ ਕਰਦੇ ਹਾਂ ਪਰ ਆਪਣੇ ਜੀਵਨ ਦੇ ਵਿੱਚ ਸ਼ਾਇਦ ਉਸ ਚੀਜ਼ ਦੀ ਕਮੀ ਆਈ ਆਪਾਂ ਸਾਰੇ ਇਹ ਕੋਸ਼ਿਸ਼ ਕਰੀਏ ਕਿ ਜੇ ਆਪਾਂ ਉਹਨਾਂ ਦੇ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਸਿਧਾਂਤਾਂ ਨੂੰ ਸਮਝੀਏ ਉਹਨਾਂ ਦੇ ਜੋ ਉਹਨਾਂ ਨੇ ਚਲਾਏ ਸੀ ਰਸਤੇ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਫਿਰ ਜੇ ਅਸੀਂ ਉਹ ਜੋ ਉਹਨਾਂ ਨੇ ਕਦਮ ਪੁੱਟੇ ਸੰ ਜੇ ਅਸੀਂ ਉਹ ਕਦਮ ਪੁੱਟ ਲਈਏ ਤਾਂ ਕੋਈ ਵੀ ਐਸੀ ਘਟਨਾ ਨਹੀਂ ਕੋਈ ਵੀ ਐਸੀ ਮੰਜ਼ਲ ਨਹੀਂ ਜਿਹੜੀ ਅਸੀਂ ਸਰ ਨਾ ਕਰ ਸਕੀਏ ਮੈਨੂੰ ਕੱਲ ਪਰਸੋਂ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਜ਼ਿਆਦੀ ਪੈਰਾ ਮਿਲਟਰੀ ਦੀ ਫੌਜ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਮਗਾ ਕੇ ਲਗਾਈ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਨੂੰ ਇਹ ਗੱਲ ਸੁਣ ਕੇ ਸਭੋ ਹੋਰ ਖੁਸ਼ੀ ਹੋਈ ਕਿ 38 ਸਾਲ ਹੋ ਗਏ ਉਸ ਹਮਲੇ ਨੂੰ ਸਾਡੇ ਉੱਤੇ ਹਮਲਾ ਕੀਤੇ ਨੂੰ 38 ਸਾਲ ਹੋ ਗਏ ਅੱਜ ਵੀ ਕੇਂਦਰ ਤੇ ਸੂਬਾ ਸਰਕਾਰਾਂ ਕਿੰਨੀਆਂ ਡਰਦੀਆਂ ਨੇ ਕਿ ਉਹਨਾਂ ਸ਼ਹੀਦ ਸਿੰਘਾਂ ਦੇ ਜਿਹੜੇ ਗਾਂ ਚੇਲੇ ਨੇ ਉਹਨਾਂ ਨੂੰ ਮੰਨਣ ਵਾਲੇ ਨੇ ਅਜੇ ਵੀ ਉਹਨਾਂ ਤੋਂ ਇੰਨੇ ਡਰਦੇ ਨੇ ਕਿ ਉਹਨਾਂ ਨੂੰ ਆਪਦੀ ਪੁਲਿਸ ਤੇ ਵੀ ਜਿਹੜਾ ਯਕੀਨ ਨਹੀਂ ਉਹਨਾਂ ਨੂੰ ਕੇਂਦਰ ਤੋਂ ਫੌਜਾਂ ਮਗਾਉਣੀਆਂ ਪੈ ਰਹੀਆਂ ਨੇ ਇਹ ਤੁਹਾਡੇ ਜੋਸ਼ ਦੀ ਤੇ ਉਹਨਾਂ ਸੂਰਮਿਆਂ ਦੇ ਖੂਨ ਦੀ ਜਿਹੜੀ ਹੈ ਕਥਾ ਹੈ ਜਿਹੜੀ ਅੱਜ ਵੀ ਉਹਨਾਂ ਸਰਕਾਰਾਂ ਨੂੰ ਉਹਨਾਂ ਏਜੰਸੀਆਂ ਨੂੰ ਡਰਾਉਂਦੀ ਹੈ ਤੇ ਇਹ ਗੱਲ ਮਨ ਵਿੱਚ ਉਹ ਹਮੇਸ਼ਾ ਲਈ ਕੱਢ ਦਈਏ ਕਿ ਭਾਈ ਅਮਰੀਕ ਸਿੰਘ ਇੱਕ ਸੀ ਤੇ ਉਹ ਸ਼ਹੀਦ ਹੋ ਗਏ ਜਰਨਲ ਛੋਬੇਗ ਸਿੰਘ ਇੱਕ ਸੀ ਉਹ ਸ਼ਹੀਦ ਹੋ ਗਏ ਬਾਬਾ ਥਾਰਾ ਸਿੰਘ ਇੱਕ ਸੀ ਸ਼ਹੀਦ ਹੋ ਗਏ ਖਾਲਸਾ ਜੀ ਜਦੋਂ ਆ ਇਕੱਠਾਂ ਦੇ ਵਿੱਚ ਬੈਠਦੇ ਹੁਣ ਇੱਥੇ ਦੇਖਣ ਵਾਲੇ ਹੁੰਦੇ ਨੇ ਪਤਾ ਨਹੀਂ ਕਿੰਨੀਆਂ ਕੁ ਆਤਮਾਵਾਂ ਨੇ ਇੱਥੋਂ ਭਾਈ ਅਮਰੀਕ ਸਿੰਘ ਬਣ ਕੇ ਨਿਕਲਣਾ ਹੈ ਇੱਥੋਂ ਜਰਨਲ ਛਬੇਕ ਸਿੰਘ ਬਣ ਕੇ ਨਿਕਲਣਾ ਹੈ ਤੇ ਉਹੋ ਹੀ ਹੱਕਾਂ ਦੀ ਲੜਾਈ ਜਿਹੜੀ ਹੈ ਉਹ ਅੱਗੇ ਤੋਰਨੀ ਹੈ ਜਿੱਥੇ ਉਹ ਛੱਡ ਕੇ ਗਏ ਨੇ ਉਥੋਂ ਅੱਗੇ ਜਿਹੜੇ ਹੋਰ ਦੋ ਕਦਮ ਵੱਧ ਕੇ ਅੱਗੇ ਚੱਲਣਗੇ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਆਪਣੇ ਸਿਧਾਂਤ ਤੇ ਪਹਿਰਾ ਦੇਣਾ ਆ ਜਾਵੇ ਸਾਨੂੰ ਗੁਰੂ ਸਾਹਿਬ ਉਸ ਦਾ ਬਲ ਬਖਸ਼ਣ ਅਸੀਂ ਰਹਿਤ ਵਿੱਚ ਪਰਪੱਕ ਹੋ ਸਕੀਏ ਅਸੀਂ ਆਪਣੇ ਜੀਵਨ ਵਿੱਚ ਬਾਣੀ ਨੂੰ ਧਾਰ ਸਕੀਏ ਅਸੀਂ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਪਾਣ ਕਰ ਸਕੀਏ ਤੇ ਅਸੀਂ ਫਿਰ ਰਲ ਮਿਲ ਕੇ ਉਸ ਸੰਘਰਸ਼ ਨੂੰ ਅੱਗੇ ਤੋਰ ਸਕੀਏ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਪਹਿਰਾ ਦੇ ਲਿਆ ਜਦੋਂ ਇਹ ਚੀਜ਼ਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਬਖਸ਼ ਦਿੱਤੀਆਂ ਸਾਡੇ ਜੀਵਨ ਵਿੱਚ ਆ ਗਈਆਂ ਤਾਂ ਖਾਲਸਾ ਜੀ ਖਾਲਸਾਣ ਕੋਈ ਦੂਰ ਨਹੀਂ ਖਾਲਸਤਾਨ ਜਰੂਰ ਸਾਡੇ ਕੋਲ ਆਵੇਗਾ ਜਰੂਰ ਬਣੇਗਾ ਗੁਰੂ ਸਾਹਿਬ ਕਿਰਪਾ ਕਰਨਗੇ ਬਹੁਤ ਛੇਤੀ ਹੋਵੇਗਾ ਇਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਨਤਮਸਤਕ ਹੁੰਦਾ ਹੈ ਉਥੇ ਉਹਨਾਂ ਸਮੂਹ ਸ਼ਹੀਦਾਂ ਨੂੰ ਉਹਨਾਂ ਨੂੰ ਸਜਦਾ ਕਰਦਾ ਹੈ ਜਿਨ੍ਹਾਂ ਦੇ ਖੂਨ ਦੇ ਛਿੱਟੇ ਬੇਸ਼ੱਕ ਸ਼ਹਾਦਤਾਂ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਿੱਤੀਆਂ ਉਹਨਾਂ ਦੇ ਛਿੱਟੇ ਅੱਜ ਸੰਸਾਰ ਦੇ ਕੋਨੇ-ਕੋਨੇ ਵਿੱਚ ਪਏ ਨੇ ਜਿਹੜੇ ਇੱਥੇ ਬੈਠੇ ਨੇ ਅੱਜ ਅੱਜ ਉਹਨਾਂ ਦੇ ਖੂਨ ਨੂੰ ਯਾਦ ਕਰਦੇ ਆਂ ਉਹਨਾਂ ਨੂੰ ਸਜਦਾ ਕਰਦੇ ਆਂ ਆਪਾਂ ਇੱਥੇ ਨਤਮਸਤਕ ਹੋਣ ਹਾਂ ਆਂ ਬੋਲਦਿਆਂ ਤਾਂ ਹੋਈਆਂ ਭੁੱਲਾਂ ਚੁੱਕਾਂ ਦੇਖੀ ਮੁਖਿਮਾਂ ਤੇ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਏਕਤਾ ਬਖਸ਼ਣ ਤੇ ਸਾਨੂੰ ਉਸ ਰਾਹ ਦੇ ਪੰਦੀ ਬਣਾਉਣ ਜੋ ਰਾਹ ਉਹ ਛੱਡ ਕੇ ਗਏ ਨੇ ਗੁਰੂ ਸਾਹਿਬ ਆਪ ਤਰਸ ਕਰਨ ਕੌਮ ਦੀ ਚੜ੍ਹਦੀ ਕਲਾ ਕੌਮ ਨੂੰ ਘਰ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ